ਪਾਠ 17 ਮੇਰਾ ਪਿੰਡ। ਅਸੀਂ ਕਿਤਾਬਾਂ ਪੜ੍ਹਦੇ ਹਾਂ, ਕਿਤਾਬਾਂ ਪੜ੍ਹਨ ਵਾਸਤੇ ਹੀ ਹੁੰਦੀਆਂ ਹਨ। ਹਰ ਕਿਤਾਬ ਪਿੱਛੇ ਇਸ ਦੇ ਲੇਖਕ ਦੀ ਬਹੁਤ ਵੱਡੀ ਘਾਲਣਾ ਹੁੰਦੀ ਹੈ। ਉਹ ਕਿਤਾਬ ਬਾਰੇ ਸੋਚਦਾ ਹੈ, ਫਿਰ ਲਿਖਦਾ ਹੈ ਤੇ ਫਿਰ ਕਈ ਵਾਰੀ ਦਰੁਸਤ ਕਰਨ ਤੋਂ ਬਾਅਦ ਉਸ ਖਰੜੇ ਦਾ ਕਿਤਾਬੀ ਰੂਪ ਆਉਂਦਾ ਹੈ। ਅਣਛਪੀ ਕਿਤਾਬ ਨੂੰ ਖਰੜਾ ਜਾਂ ਮਸੌਦਾ ਆਖਿਆ ਜਾਂਦਾ ਹੈ। ਛਪੀ ਹੋਈ ਪੁਸਤਕ ਜਦੋਂ ਕੋਈ ਪੜ੍ਹਦਾ ਹੈ ਤਾਂ ਉਸ ਬਾਰੇ ਆਪਣੀ ਰਾਏ ਪ੍ਰਗਟ ਕਰਦਾ ਹੈ। ਇਹ ਉਸ ਦੀ ਪਹਿਲੀ ਸਮੀਖਿਆ ਹੁੰਦੀ ਹੈ। ਉਹ ਉਸ ਪੁਸਤਕ ਦਾ ਪਾਠਕ ਹੁੰਦਾ ਹੈ ਤੇ ਪੜ੍ਹ ਕੇ ਇਸ ਦੇ ਚੰਗੇ ਜਾਂ ਚੰਗੇ ਨਾ ਹੋਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਉਹ ਉਸ ਪੁਸਤਕ ਦੀ ਸਮੀਖਿਆ ਕਰ ਰਿਹਾ ਹੁੰਦਾ ਹੈ ਕਿ ਤੁਸੀਂ ਕੋਈ ਪੁਸਤਕ ਪੜ੍ਹੀ ਹੈ, ਤੁਸੀਂ ਉਸ ਬਾਰੇ ਕੀ ਸੋਚਦੇ ਹੋ। ਆਓ ਦੇਖੀਏ ਕਿ ਸਮੀਖਿਆ ਕੀ ਹੁੰਦੀ ਹੈ। ਪੁਸਤਕ ਦਾ ਨਾਂ ਮੇਰਾ ਪਿੰਡ, ਪੁਸਤਕ ਦੇ ਲੇਖਕ ਦਾ ਨਾਂ ਗਿਆਨੀ ਗੁਰਦਿੱਤ ਸਿੰਘ, ਪੁਸਤਕ ਦੇ ਛੱਪਣ ਦਾ ਸਾਲ 1961, ਪੁਸਤਕ ਦੇ ਕੁੱਲ ਪੰਨੇ 501, ਪੁਸਤਕ ਦੇ ਪ੍ਰਕਾਸ਼ਕ ਦਾ ਨਾਂ ਸਾਹਿਤ ਪ੍ਰਕਾਸ਼ਨ ਚੰਡੀਗੜ੍ਹ। ਮੇਰਾ ਪਿੰਡ ਪੰਜਾਬੀ ਦੀ ਇੱਕ ਪ੍ਰਸਿੱਧ ਪੁਸਤਕ ਹੈ, ਜਿਸ ਦਾ ਵਿਸ਼ਾ ਪੰਜਾਬੀ ਸੱਭਿਆਚਾਰ, ਪੰਜਾਬੀ ਜੀਵਨ, ਵਿਸ਼ੇਸ਼ ਕਰ ਪੇਂਡੂ ਜੀਵਨ, ਪੰਜਾਬ ਦੀਆਂ ਰਸਮਾਂ ਤੇ ਰਿਵਾਜ ਤੇ ਤੀਜ ਤਿਉਹਾਰ ਹਨ। ਇਸ ਪੁਸਤਕ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਹਨ, ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਪੇਂਡੂ ਜੀਵਨ ਨੂੰ ਆਪਣੇ ਸ਼ਬਦਾਂ ਵਿੱਚ ਬਹੁਤ ਸੁੰਦਰ ਢੰਗ ਨਾਲ ਚਿਤਰਿਆ ਹੈ। ਗਿਆਨੀ ਗੁਰਦਿੱਤ ਸਿੰਘ ਜੀ ਦਾ ਸੰਬੰਧ ਸੰਗਰੂਰ ਜ਼ਿਲ੍ਹੇ ਨਾਲ ਸੀ। ਉਹਨਾਂ ਦਾ ਆਪਣਾ ਪਿੰਡ ਕੰਗਣਵਾਲ ਸੀ। ਉਹਨਾਂ ਨੇ ਆਪਣੇ ਪਿੰਡਾਂ ਦੇ ਲੋਕਾਂ ਬਾਰੇ, ਉਹਨਾਂ ਦੇ ਜੀਵਨ ਤੇ ਸੱਭਿਆਚਾਰ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਲਿਖਿਆ ਹੈ। ਲੋਕ ਬੋਲੀ ਅਤੇ ਲੋਕ ਸ਼ੈਲੀ ਵਿੱਚ ਲਿਖੀ ਹੋਈ ਇਸ ਪੁਸਤਕ ਪੰਜਾਬੀ ਸੱਭਿਆਚਾਰ ਦਾ ਐਨਸਾਈਕਲੋਪੀਡੀਆ ਦੇ ਪੱਧਰ ਦੀ ਪੁਸਤਕ ਹੈ, ਜਿਸ ਵਿੱਚ ਸੰਬੰਧਿਤ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਮੌਜੂਦ ਹੈ। ਇਹ ਪੁਸਤਕ ਉਹਨਾਂ 1956 ਤੇ 60 ਦੇ ਸਾਲਾਂ ਵਿੱਚ ਲਿਖੀ। ਇਸ ਲਈ ਅੱਜ ਤੋਂ 70 ਸਾਲ ਪਹਿਲਾਂ ਪੰਜਾਬ ਦੇ ਪਿੰਡ ਤੇ ਪੇਂਡੂ ਜੀਵਨ ਕਿਹੋ ਜਿਹਾ ਸੀ, ਇਸ ਦੀਆਂ ਬਹੁਤ ਸਾਰੀਆਂ ਰੋਚਕ ਝਲਕੀਆਂ ਇਸ ਪੁਸਤਕ ਦਾ ਹਿੱਸਾ ਹਨ। ਪੁਸਤਕ ਦੇ ਲੇਖਕ ਨੇ ਇਹਨਾਂ ਦਾ ਬਿਆਨ ਇੰਨੇ ਸੁੰਦਰ ਢੰਗ ਨਾਲ ਕੀਤਾ ਹੈ ਕਿ ਇਸ ਪੁਸਤਕ ਨੂੰ ਇੱਕ ਵਾਰ ਸ਼ੁਰੂ ਕਰ ਲੈਣ ਤੋਂ ਬਾਅਦ ਛੱਡਣ ਦਾ ਮਨ ਨਹੀਂ ਕਰਦਾ। ਜਿਵੇਂ ਕਿ ਇਸ ਪੁਸਤਕ ਦੇ ਆਰੰਭ ਵਿੱਚ ਹੀ ਗਿਆਨੀ ਜੀ ਨੇ ਲਿਖਿਆ ਕਿ ਉਹਨਾਂ ਦਾ ਪਹਿਲਾ ਲੇਖ ਮੇਰਾ ਪਿੰਡ ਇੱਕ ਅਖ਼ਬਾਰ ਵਿੱਚ ਛਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਮਿਲੀ ਪ੍ਰਸਿੱਧੀ ਹੀ ਇਸ ਪੁਸਤਕ ਲਈ ਉਹਨਾਂ ਦੀ ਪ੍ਰੇਰਨਾ ਸਰੋਤ ਬਣੀ। ਉਹਨਾਂ ਨੇ ਆਪਣੇ ਲੇਖ ਨੂੰ ਆਪਣੇ ਹੋਰ ਲੇਖਾਂ ਨਾਲ ਸ਼ਾਮਲ ਕਰਕੇ ਇਹਨਾਂ ਨੂੰ ਪੁਸਤਕ ਰੂਪ ਦੇ ਕੇ ਛਾਪਿਆ। ਮੇਰਾ ਪਿੰਡ ਪੁਸਤਕ ਨੇ ਗਿਆਨੀ ਜੀ ਦਾ ਨਾਂ ਪੰਜਾਬੀ ਦੇ ਸਿਰਮੌਰ ਲੇਖਕਾਂ ਮੋਹਰਲੀ ਕਤਾਰ ਵਿੱਚ ਪਹੁੰਚਾ ਦਿੱਤਾ। ਇਸ ਪੁਸਤਕ ਨੂੰ ਪਸੰਦ ਕਰਨ ਵਾਲਿਆਂ ਵਿੱਚ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਇਲਾਵਾ ਪ੍ਰਸਿੱਧ ਫਿਲਮ ਅਦਾਕਾਰ ਬਲਰਾਜ ਸਾਹਨੀ, ਸਰਦਾਰ ਗੁਰਬਖਸ਼ ਸਿੰਘ, ਪ੍ਰੀਤਲੜੀ, ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰਾਏ ਇਸ ਪੁਸਤਕ ਦੀ ਕੀਮਤੀ ਸਰਮਾਇਆ ਹੈ। ਮਾਲਵੇ ਦੀ ਮਲਵਈ ਭਾਸ਼ਾ ਵਿੱਚ ਲਿਖੀ ਇਸ ਪੁਸਤਕ ਵਿੱਚ ਮਾਲਵੇ ਵਿੱਚ ਬੋਲੀ ਜਾਂਦੀ ਪੰਜਾਬੀ ਸੁਣੀ ਤੇ ਪੜ੍ਹੀ ਜਾ ਸਕਦੀ ਹੈ। ਇਸ ਦੇ ਬਹੁਤ ਸਾਰੇ ਸ਼ਬਦ ਇਸ ਪੁਸਤਕ ਦੇ ਪਾਤਰ ਬੋਲਦੇ ਸੁਣੇ ਜਾ ਸਕਦੇ ਹਨ। ਵੰਨਗੀ ਵਜੋਂ ਉਹ ਲਿਖਦੇ ਹਨ, ਜੱਟ ਦਾ ਖੇਤ ਦੇ ਸਿਰੇ ਖੜ ਕੇ ਸਿੱਧੇ ਸਿਆੜ ਦੀ ਸੂਤ, ਮਾਰਵੀ ਕੋਰ ਦੇਖਣੀ ਤੇ ਖੁੰਜਿਆਂ ਉੱਤੇ ਨਾਲੋ ਨਾਲ ਹੱਲ ਵਾਹੁਣ ਵੇਲੇ ਰਹੇ ਹੋਏ ਪਾੜੇ ਮਾਰ ਦੇਣ ਦੀ ਕਾਰੀਗਰੀ ਦਾ ਮੁੱਲ ਕੋਈ ਕਦਰਦਾਨ ਅੱਖਾਂ ਹੀ ਪਾ ਸਕਦੀਆਂ ਹਨ। ਸੰਤਿਆ, ਕਹਿੰਦੇ ਹਨ ਤੁਹਾਡਾ ਮੁੰਡਾ ਨਿੱਕੂ ਬੜਾ ਸੋਹਣਾ ਹਾਲੀ ਨਿਕਲਿਆ, ਵਈ ਮੈਂ ਜਦ ਅੱਜ ਉੱਧਰ ਨੂੰ ਲੰਘਦੇ ਹੋਏ ਦੇਖਿਆ, ਜ਼ਮੀਨ ਦੇ ਸਿਆੜ ਹੰਸੂ ਹੰਸੂ ਕਰਦੇ ਦੇਖੇ, ਮੈਨੂੰ ਤਾਂ ਉਸ ਦੇ ਕੱਢੇ ਹੋਏ ਉਰੇ ਬੜੇ ਸੋਹਣੇ ਲੱਗੇ। ਪੰਜਾਬੀ ਭਾਸ਼ਾ ਦੀ ਅਮੀਰੀ ਦੇਖਣੀ ਸਮਝਣੀ ਹੋਵੇ ਤਾਂ ਇਸ ਪੁਸਤਕ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ। ਇਸ ਦੀ ਪਾਠ ਸਮੱਗਰੀ ਦਾ ਅੰਦਾਜ਼ਾ
ਇਸ ਦੇ ਤਤਕਰੇ ਤੋਂ ਹੀ ਲੱਗ ਸਕਦਾ ਹੈ। ਤਤਕਰੇ ਅਨੁਸਾਰ ਇਸ ਪੁਸਤਕ ਦੇ ਦੋ ਭਾਗ ਹਨ। ਪਹਿਲੇ ਭਾਗ ਵਿੱਚ ਮੇਰੇ ਪਿੰਡ ਦਾ ਮੂੰਹ ਮੱਥਾ, ਮੇਰੇ ਵੱਡੇ ਵਡੇਰੇ, ਡਾਕਖਾਨਾ ਖਾਸ, ਆਹਰ ਪਾਹਰ, ਵਹਿਮ ਭਰਮ, ਤੀਆਂ ਦਾ ਗਿੱਧਾ ਅਤੇ ਦੂਜੇ ਭਾਗ ਵਿੱਚ ਜਨਮ ਤੋਂ ਮਰਨ ਤੱਕ ਦੇ ਰੀਤ ਰਿਵਾਜ ਸ਼ਾਮਿਲ ਕੀਤੇ ਗਏ ਹਨ। ਇੱਕ ਇੱਕ ਗੱਲ ਬਹੁਤ ਕੰਮ ਦੀ ਹੈ ਤੇ ਇਸ ਵਿਚਲੀ ਜਾਣਕਾਰੀ ਦੇ ਬਹੁ ਕੀਮਤੀ ਖਜ਼ਾਨੇ ਨੂੰ ਵੇਖਦਿਆਂ ਇਸ ਨੂੰ ਸੰਭਾਲ ਲੈਣ ਉੱਪਰ ਮਨ ਕਰਦਾ ਹੈ। ਪੰਜਾਬ ਦੀਆਂ ਰਸਮਾਂ, ਜਿਨ੍ਹਾਂ ਨੂੰ ਰਹੂ ਰੀਤਾਂ ਵੀ ਆਖਿਆ ਜਾ ਸਕਦਾ ਹੈ, ਬਾਰੇ ਲਿਖਦਿਆਂ ਗਿਆਨੀ ਜੀ ਦੱਸਦੇ ਹਨ, ਵਿਆਹ ਵਿੱਚ ਨਾਨਕੇ ਮੇਲ ਦਾ ਰੰਗ ਬਹੁਤ ਰੰਗੀਨ ਹੁੰਦਾ ਹੈ, ਕਿਉਂਕਿ ਨਾਨਕਿਆਂ ਦਾ ਕੁੜੀ ਦੇ ਵਿਆਹ ਵਿੱਚ ਬਹੁਤ ਵਧਵਾ ਹਿੱਸਾ ਹੁੰਦਾ ਹੈ। ਵਿਆਹ ਵਿੱਚ ਕਦੋਂ ਵੀ ਨਾਨਕਿਆਂ ਦੇ ਸਿਰੇ ਦੇ ਸਾਕ ਸੰਬੰਧੀਆਂ ਦੇ ਮੇਲ ਦੇ ਇਕੱਠੇ ਹੋਣ ਦਾ ਨਜ਼ਾਰਾ ਵੱਜਦਾ ਹੈ। ਮੁਹਾਵਰਾ ਹੈ, ਜਦੋਂ ਕਦੀ ਕੁੜੀਆਂ ਮੁੰਡੇ ਖੜ ਮਸਤੀਆਂ ਕਰਨ ਜਾਂ ਇਕੱਠਾ ਹੋ ਕੇ ਕਿਸੇ ਪਾਸੇ ਵੱਲ ਜਾਣ ਤਾਂ ਲੋਕ ਕਹਿੰਦੇ ਨੇ, ਇਹ ਨਾਨਕਾ ਮੇਲ ਕਿੱਧਰ ਨੂੰ ਚੱਲਿਆ ਭਾਈ। ਇਸ ਢੋ ਮੇਲ ਨੂੰ ਨਾਨਕਾ ਮੇਲ ਜਾਂ ਨਾਨਕਾ ਛੱਕ ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੂਜੇ ਹਿੱਸੇ ਵਿੱਚ ਰਸਮਾਂ ਰਿਵਾਜ਼ਾਂ ਦਾ ਜ਼ਿਕਰ ਕਰਦੇ ਹੋਏ ਉਹ ਵਿਆਹ ਵਿੱਚ ਭਾਨੀ ਮਾਰ ਤੇ ਵਿਚੋਲੇ ਬਾਰੇ ਵੀ ਲਿਖਣਾ ਨਹੀਂ ਭੁੱਲਦੇ। ਇਸ ਕਿਤਾਬ ਦਾ ਅਸਲੀ ਆਨੰਦ ਇਸ ਨੂੰ ਪੜ੍ਹ ਕੇ ਹੀ ਲਿਆ ਜਾ ਸਕਦਾ ਹੈ। ਇਹ ਆਨੰਦ ਹੋਰ ਵੀ ਦੁੱਗਣਾ ਹੋ ਸਕਦਾ ਹੈ ਜੇਕਰ ਇਸ ਨੂੰ ਖਰੀਦ ਕੇ ਪੜ੍ਹਿਆ ਜਾਵੇ ਤੇ ਫਿਰ ਇਸ ਨੂੰ ਆਪਣੀ ਲਾਇਬ੍ਰੇਰੀ ਦਾ ਹਿੱਸਾ ਬਣਾ ਲਿਆ ਜਾਵੇ। ਪੁਸਤਕ ਦੀ ਕੀਮਤ ਸਜਿਲਦ ਲਾਇਬ੍ਰੇਰੀ ਐਡੀਸ਼ਨ 200 ਰੁਪਏ ਹੈ।